हाँ जी सर, सत श्री अकाल जी। सत श्री अकाल जी, वाहिगुरु जी का खालसा, वाहिगुरु जी फतेह। हाँ जी, पहला तो थोड़ा चैनल का बहुत धन्यवाद है, क्योंकि जिन्हें पंजाब नाल संबंधित जां लोकां नाल जिहड़े संबंधित ने वो मुद्दे तुसी चकदे हो, उस ते ही फिर सरकार जिहड़ी गौर करदी है ते लोकां दे भले हुंदे ने, इसलिए थोड़ा बहुत बहुत वैलकम जी है। सर जिवें गुरु ग्रंथ साहब की बेअदबी हुई है जी, उहदे उत्ते कई अकाली दल सरकारां जां होर भी राजनीतिक लोग राजनीति करते ने जी, ते इक तुसी बहुत ही वधिया ते गुरु दे सेवक होण दे नाते तुहानूं पुछणा चाहुंदे वी गुरु ग्रंथ साहब की बेअदबी बारे कुछ। देखो जी, बहुत वड्डा इह दर्द है, बहुत वड्डी त्रासदी है। तीन मुख्यमंत्री इहदी बली चढ़ गए, समझ नहीं आउंदी भी की कारण है, कित्थे लुकिया वा, की सच्चाई है, क्यों सरकारां इहतों डरदियां ने। देखो पहलां बादल साहब दी ਉਹ ਇੱਕ ਪੰਥਕ ਅਖੌਤੀ ਪੰਥਕ ਦੀ, ਵੈਸੇ ਉਹ ਪੰਥਕ ਤਾਂ ਹੈ ਨਹੀਂ ਸੀ ਪਰ ਉਹ ਆਪਦੇ ਆਪ ਨੂੰ ਪੰਥਕ ਕਹਿੰਦੇ ਸੀ, ਉਹ ਚਲੇ ਗਏ। ਉਹਨਾਂ ਦੇ ਰਾਜ 'ਚ ਹੋਈ ਹੈ ਸਭ ਤੋਂ ਵੱਡੀ ਦੁਖਦਾਈ ਖਬਰ ਹੈ ਵੀ ਇੱਕ ਜਿਹੜੀ ਪੰਜਾਬ ਦੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਸਰਕਾਰ ਸੀ, ਉਹ ਵੀ ਉਸ ਦੇ ਹੁੰਦੇ ਐਡੀਆਂ ਐਡੀਆਂ ਘਟਨਾਵਾਂ ਵਾਪਰੀਆਂ, ਔਰ ਅੱਜ ਤੱਕ ਕੋਈ ਉਹਦਾ ਕਲੀਅਰ ਮਤਲਬ ਸਾਨੂੰ ਇਨਸਾਫ਼ ਨਹੀਂ ਮਿਲ ਸਕਿਆ। ਫਿਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਆਇਆ, ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ, ਨਸ਼ਿਆਂ 'ਤੇ ਗੱਲ ਕਰੀ, ਬੇਅਦਬੀ 'ਤੇ ਗੱਲ ਕਰੀ, ਉਹਨਾਂ ਨੇ ਨਹੀਂ ਕੋਈ ਕਰੀ, ਫਿਰ ਚੰਨੀ ਆ ਗਿਆ ਉਹਨਾਂ ਨੇ ਕਰੀ। ਪਰੰਤੂ ਹੁਣ ਆਸ ਦੀ ਕਿਰਨ ਹੈ ਜਿਹੜੀ ਜਾਗੀ ਵੀ ਹੈ, ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਜਿਹੜੇ ਉਹ ਬਹੁਤ ਮਤਲਬ ਇਹ 'ਤੇ ਸਖ਼ਤ ਹੋਏ ਹੋਏ ਨੇ ਡੀ ਜੀ ਪੀ ਸਾਹਿਬ ਨਾਲ, ਕਈ ਵਾਰ ਜਿਵੇਂ ਮੀਟਿੰਗਾਂ ਖਬਰਾਂ 'ਚ ਆਉਂਦੀਆਂ ਨੇ ਵੀ ਹੁਣ ਸਾਨੂੰ ਇੱਕ ਆਸ ਦੀ ਕਿਰਨ ਜਾਗੀ ਵੀ ਹੈ ਵੀ ਬਹੁਤ ਛੇਤੀ ਜਿਹੜਾ ਇਨਸਾਫ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਹੋ ਜੂਗਾ। ਔਰ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ, ਜੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਹਰ ਇੱਕ ਸਿੱਖ ਹੈ ਜਿਹੜਾ ਉਹ ਤਾਂ ਅਰਦਾਸ ਕਰੀਏ ਅਸੀਂ, ਉਹ ਤਾਂ ਸਿਰ ਜੋੜ ਕੇ ਮਤਲਬ ਸਰਕਾਰਾਂ 'ਤੇ ਪ੍ਰੈਸ਼ਰ ਬਣਾਈਏ ਵੀ ਇਹ ਜਿਹੜਾ ਸਾਡਾ ਪੰਜਾਬ ਦੇ ਵਿੱਚ ਜਿੱਥੋਂ ਸਿੱਖੀ ਜਨਮੀ ਹੈ, ਜਿੱਥੇ ਗੁਰੂ ਪੀਰ ਪੈਗੰਬਰਾਂ ਸਰਬ ਸਾਂਝੀ ਪਾਲਤਾ ਦਾ ਸਾਡਾ ਜਿਹੜਾ ਇਹ ਸੰਦੇਸ਼ ਦੇਣ ਵਾਲਾ ਧਰਮ ਵੀ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ, ਜਿੱਥੇ ਸਾਰੇ ਧਰਮਾਂ ਦੀ, ਹਿੰਦੂ ਮੁਸਲਮਾਨ ਸਿੱਖ ਪੀਰ ਫਕੀਰਾਂ ਸਭ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਇਹ ਜਿਹੜੀ ਹੈ ਬਹੁਤ ਛੇਤੀ ਜਿਹੜਾ ਇਨਸਾਫ਼ ਇਸ ਵਿਸ਼ੇ 'ਤੇ ਹੋਣਾ ਚਾਹੀਦਾ ਜੀ। ਸਰ ਜਿਵੇਂ ਇੱਕ ਆਪਣੇ ਪੰਜਾਬ ਵਿੱਚ ਚੱਲ ਰਹੀ ਹੈ ਟੋਪਾਂ ਦੇ ਸੰਬੰਧ ਵਿੱਚ ਵੀ ਬਹੁਤ ਖਬਰ ਭਖ ਰਹੀ ਹੈ ਵੀ ਉਹਦੇ ਸੰਬੰਧ ਕੁਛ ਕਹਿਣਾ ਚਾਹੋਗੇ ਜੀ? ਦੇਖੋ ਜੇ ਬਹੁਤ ਇੱਕ ਵੱਡੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਨਾ ਮਤਲਬ ਕੀ ਕਹਿੰਦੇ ਨੇ ਵੀ ਦੇਖਦੀਆਂ ਹੁੰਦੀਆਂ ਨੇ ਲਾ ਕੇ ਵੀ ਕੋਈ ਮਾਰਦੇ ਨੇ ਕਰੰਟ ਜਾਂ ਨਹੀਂ ਮਾਰਦੇ। ਪਰੰਤੂ ਅਸੀਂ, ਮੈਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕੇ ਵੀ ਇਹ ਗੱਲ ਦਾ ਫੁੱਲ ਵਿਰੋਧ ਕਰਿਆ ਸੀ, ਚਾਹੇ ਅਸੀਂ ਛੋਟੇ ਜਿਹੇ ਹਾਂ ਜਾਂ ਜੋ ਵੀ ਹੈ, ਅਸੀਂ ਇੱਕ ਸਿੱਖ ਹੋਣ ਦੇ ਨਾਤੇ ਨਾ ਦੱਬ ਕੇ ਅਸੀਂ ਵਿਰੋਧ ਕਰਿਆ, ਕਿਉਂਕਿ ਦਸਤਾਰ ਆ ਜਿਹੜਾ ਸਾਡਾ ਕੋਈ ਇਹ ਸਮਾਜਿਕ ਜਾਂ ਸੱਭਿਆਚਾਰਕ ਜਿੱਥੇ ਸਾਡਾ ਇਹ ਮਤਲਬ ਉਹ ਹੈ, ਉੱਥੇ ਸਾਡਾ ਬਹੁਤ ਸਤਿਕਾਰਯੋਗ ਧਾਰਮਿਕ ਸਾਡਾ ਚਿੰਨ੍ਹ ਹੈ ਜਿਹੜਾ ਕਿ ਲੱਖਾਂ ਕੁਰਬਾਨੀਆਂ ਦੇ ਕੇ 7 ਸਾਲ ਅਤੇ 9 ਸਾਲ ਦੀਆਂ ਜਿੰਦਾਂ ਤੋਂ ਲੈ ਕੇ ਉਹਨਾਂ ਦੇ ਸਾਡੇ ਸਤਿਕਾਰਯੋਗ ਸ੍ਰੀ ਗੁਰੂ ਤੇਗ ਬਹਾਦਰ ਲੱਖਾਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਹੋਰ ਸਾਡੇ ਜਿੰਨੇ ਪੀਰ ਪੈਗੰਬਰਾਂ ਸਾਡੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਦਸਤਾਰਾ ਜਿਹੜੀ ਸਾਨੂੰ ਮਿਲੀ ਹੈ, ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਉਹ ਲੜਾਈਆਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਫੌਜਾਂ ਨੇ, ਚਾਹੇ ਉਹ ਅੰਗਰੇਜ਼ਾਂ ਸਮੇਂ ਲੜੀਆਂ ਚਾਹੇ ਗੁਰੂ ਕਾਲ ਸਮੇਂ ਲੜੀਆਂ, ਅਸੀਂ ਦਸਤਾਰਾਂ ਬੰਨ ਕੇ ਹੀ ਮਤਲਬ ਲੜਾਈਆਂ ਲੜੀਆਂ ਨੇ, ਔਰ ਜਿੱਤ ਦੇ ਇਨਸਾਨ ਝੰਡੇ ਕੱਢੇ ਨੇ। ਇੱਕ ਅੰਗਰੇਜ਼ ਦੀ ਮੈਂ ਹੁਣ ਉਹ ਪੜ੍ਹੀ, ਉਹ ਕਹਿੰਦੇ ਵੀ 1.25 ਲੱਖ ਸੇ ਇੱਕ ਲੜਾਉਂਗੇ, ਤਾਂ ਝੂਠੀਆਂ ਕਹਾਣੀਆਂ ਨੇ ਸਿੱਖਾਂ ਦੀਆਂ, ਮਨਘੜਤ ਗੱਲਾਂ ਨੇ। ਉਹ ਕਹਿੰਦੇ ਫਿਰ ਜਦੋਂ ਸਰਾਗਣੀ ਦੀ ਲੜਾਈ ਹੋਈ, ਉੱਧਰੋਂ 10,000 ਅਫਗਾਨੀ ਸੀ, ਇੱਧਰੋਂ 21 ਸਿੱਖ ਸੀ, ਔਰ ਸਾਰੇ ਦਸਤਾਰਧਾਰੀ ਸੀ, ਉਹਨਾਂ ਨੇ 21 ਨੇ 10,000 ਨੂੰ ਚਨੇ ਚਵਾ ਤੇ, ਜਿਹੜੀ ਵਰਲਡ ਦੀ ਸਭ ਤੋਂ ਮਤਲਬ ਭਿਆਨਕ ਉੱਥੇ ਜਿਹੜੀ ਜੰਗ ਹੋਈ, ਇੱਧਰ 21 ਸੀ ਉੱਧਰ 10,000 ਸੀ। ਵੀ ਇਹ ਜਿਹੜੀਆਂ ਅਸੀਂ ਗੱਲਾਂ ਕਹਿੰਦੇ ਹਾਂ ਵੀ ਦਸਤਾਰ ਜਿਹੜਾ ਸਾਡਾ ਸਤਿਕਾਰ ਹੈ ਇਹ ਇੱਕਣੇ ਨਹੀਂ ਮਤਲਬ ਸਾਨੂੰ ਮਿਲੀ, ਜੇ ਸਾਡੇ ਜਿੱਤ ਦੇ ਨਿਸ਼ਾਨ ਸਾਡੇ ਝੰਡੇ ਗੱਡੇ ਹੋਏ ਨੇ, ਤਾਂ ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਹਾਂ ਵੀ ਤੁਸੀਂ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਨਾ ਕਰੋ, ਜਾਂ ਤਾਂ ਫਿਰ ਇਹ ਲਿਖ ਕੇ ਦੇਣ ਵੀ ਹਾਂ ਜੇ ਭਾਈ ਤੁਸੀਂ ਟੋਪ ਪਹਿਨਿਆ ਵਾ ਵੀ ਕਿਸੇ ਸਿੱਖ ਫੌਜੀ ਦੀ ਮੌਤ ਨਹੀਂ ਹੋਊਗੀ। ਇਹ ਸਿਰਫ ਇੱਕ ਸਾਡੇ ਧਰਮ ਦਾ ਸਾਡਾ ਜਿਹੜਾ ਜਜ਼ਬਾ ਇਹਨੂੰ ਸੇੜਨ ਦੀਆਂ ਸੈਂਟਰ ਸਰਕਾਰਾਂ, ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਆ, ਜਦੋਂ ਕਿ ਹਰ ਇੱਕ ਸਿੱਖ ਹੈ ਜਿਹੜਾ ਉਹ ਮਤਲਬ ਹਿੰਦੁਸਤਾਨ ਦੇ ਵਿੱਚ ਜਦ ਵੀ ਕੋਈ ਵਕਤ ਪੈਂਦਾ, ਚਾਹੇ ਹੁਣ ਪਿੱਛੇ ਲੜਾਈਆਂ ਹੋਈਆਂ ਜਾਂ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ,
ਜਾਂ ਆਪਣੇ ਕੋਈ ਵੀ ਮਤਲਬ ਕਿਤੇ ਲੜਾਈ ਹੋਈ ਤਾਂ ਸਿੱਖ ਫੌਜਾਂ ਨੇ ਮੂਹਰੇ ਹੋ ਕੇ ਉਹ ਲੜੀਆਂ ਨੇ। ਪਿੱਛੇ ਕਰੋਨਾ ਕਾਲ ਸੀ, ਉਹਦੇ ਵਿੱਚ ਸਾਡੀਆਂ ਸਿੱਖ ਜਥੇਬੰਦੀਆਂ ਮੂਹਰੇ ਆਈਆਂ। ਧਰਮ ਤੋਂ ਉੱਠ ਕੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਇੱਕ ਸਿੱਖ ਕੌਮ ਹੈ। ਸੋ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਜਿਹੜੀਆਂ ਨਵੀਆਂ ਨਵੀਆਂ ਪਿਰਤਾਂ ਕੱਢ ਦਿਓ ਅਤੇ ਇਹ ਨਾ ਕੱਢੋ ਇਹ। ਪਰ ਇੱਕ ਤੁਹਾਨੂੰ ਮੈਂ ਦੁੱਖ ਦੀ ਗੱਲ ਅੱਜ ਦੱਸਦਾ, ਸਾਡੀ ਜਿਹੜੀ ਸਿਰਮੌਰ ਸੰਤ ਆ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ, ਇਹਦੇ ਜਿਹੜੇ ਸਾਡੇ ਆਗੂ ਨੇ ਗੋਡੇ ਟੇਕ ਚੁੱਕੇ ਨੇ ਆਪਣੇ ਮੋਦੀ ਸਰਕਾਰ ਕੋਲ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੀਆਂ ਜਿਹੜੀਆਂ ਗੱਠਾਂ ਨੇ ਉਹ ਮੋਦੀ ਨਾਲ ਜੁੜੀਆਂ ਹੋਈਆਂ ਨੇ। ਨਹੀਂ, ਪ੍ਰਧਾਨ ਮੰਤਰੀ 100 ਵਾਰ ਸੋਚੂਗਾ ਵੀ ਮੈਂ ਜੇ ਸਿੱਖਾਂ ਦੇ ਖਿਲਾਫ਼ ਫੈਸਲਾ ਲੈਣਾ, ਪਿਛਲੇ ਸਮੇਂ ਤੁਸੀਂ ਇਤਿਹਾਸ ਕੱਢ ਲਿਓ, ਉਹ ਸਾਡੇ ਜਿਹੜੇ ਨੁਮਾਇੰਦੇ ਹੁੰਦੇ ਤੇ ਉਹਨਾਂ ਨਾਲ ਬੁਲਾ ਕੇ ਮੀਟਿੰਗਾਂ ਕਰਕੇ ਫਿਰ ਕੋਈ ਸਿੱਖਾਂ ਦੇ ਹੱਕ 'ਚ ਜਾਂ ਜੇ ਕੋਈ ਵੀ ਗੱਲ ਕਰਨੀ ਹੁੰਦੀ ਤਾਂ ਉਹ ਫਿਰ ਲੈਂਦੇ ਸੀ। ਪਰੰਤੂ ਹੁਣ ਤਾਂ ਇਹ ਬਹੁਤ ਦੁੱਖਦਾਇਕ ਘਟਨਾ ਹੈ, ਜਿਵੇਂ ਹੁਣ ਸਾਡੇ ਸਤਿਕਾਰਯੋਗ ਰਾਸ਼ਟਰਪਤੀ ਦੀ ਚੋਣ ਸੀ, ਇਹ ਭੱਜੇ ਗਏ ਕੱਛਾਂ ਵਜਾਉਂਦੇ। ਇੱਕ ਪਾਸੇ ਤਾਂ ਮੋਦੀ ਨੂੰ ਗਾਲਾਂ ਕੱਢਦੇ ਨੇ ਭਾਜਪਾ ਦੀ ਸਰਕਾਰ ਨੂੰ, ਇੱਕ ਪਾਸੇ ਜਾ ਕੇ ਉਹਨਾਂ ਨੂੰ ਵੋਟਾਂ ਪਾ ਕੇ ਆਉਂਦੇ ਨੇ। ਸੋ ਇਹ ਜਿਹੜਾ ਅਕਾਲੀ ਦਲ ਦਾ ਦੂਹਰਾ ਚਿਹਰਾ ਹੈ, ਇਹ ਚਿਹਰੇ ਕਾਰਨ ਵੀ ਸਿੱਖਾਂ ਨੂੰ ਜਿਹੜਾ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ। ਹਰ ਸਿੱਖ ਇਹ ਟੋਪ ਜੋ ਪਾ ਰਹੇ ਨੇ, ਲਿਆ ਰਹੇ ਨੇ, ਉਹਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ। ਔਰ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਉਹਨਾਂ ਨੇ ਜਿੱਥੇ ਸਾਡਾ ਸਾਹਿਬਜ਼ਾਦਿਆਂ ਦਾ ਇਤਿਹਾਸਕ ਸ਼ਹਾਦਤ ਦਿਹਾੜਾ ਮਨਾ ਕੇ ਸਿੱਖਾਂ ਦਾ ਵਰਲਡ ਦੇ ਵਿੱਚ ਨਾਂ ਉੱਚਾ ਕਰਿਆ, ਉੱਥੇ ਜਿਹੜੀਆਂ ਇਹ ਟੋਪ ਵਾਲੀਆਂ ਗੱਲਾਂ ਨੇ ਵੀ ਮੋਦੀ ਸਰਕਾਰ ਇਹ ਆਪਦਾ ਜਿਹੜਾ ਫੈਸਲਾ ਉਹਨੂੰ ਛੇਤੀ ਤੋਂ ਛੇਤੀ ਵਾਪਸ ਲਵੇ। ਇੱਕ ਸਰ, ਜਿਵੇਂ ਆਪਦੇ ਇੱਕ ਨਰਸ ਨੇ ਪਟਿਆਲੇ ਤੋਂ, ਉਹਨਾਂ ਨੇ ਦੱਸਿਆ ਵੀ ਪੰਜਾਬ ਵਿੱਚ ਬੱਚਿਆਂ ਜੰਮਣ ਦੀ ਸ਼ਕਤੀ ਨੌਜਵਾਨਾਂ 'ਚ ਖਤਮ ਹੁੰਦੀ ਜਾ ਰਹੀ ਹੈ ਜੀ, ਉਹਦੇ ਸੰਬੰਧ 'ਚ ਕੁਛ ਕਹਿਣਾ ਚਾਹੋਗੇ ਜੀ? ਉਹ ਜੀ ਤੁਸੀਂ ਸੋਰੀ ਗਲਤ ਕਹਿ ਰਹੇ ਹੋ, ਉਹ ਨਰਸ ਨੇ, ਮਤਲਬ ਸਾਡੇ ਬਹੁਤ ਹੀ ਵੱਡੇ ਡਾਕਟਰ ਨੇ ਔਰ ਬਹੁਤ ਉੱਚੇ ਵਿਦਵਾਨ ਸਿੱਖ ਚਿੰਤਕ ਨੇ। ਉਹਨਾਂ ਨੇ ਜਿਹੜੀ ਉਹ ਗੱਲ ਕਹੀ ਹੈ, ਜਿਹੜੀ ਪਹਿਲਾਂ ਸਾਡੇ ਪੰਜਾਬੀਆਂ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਤੀ ਉਹ 70-65% ਦੇ ਵਿਚਾਲੇ ਰਹਿੰਦੀ ਤੀ, ਕੋਈ ਵਿਧਵਾ ਹੋ ਗਈ ਜਾਂ ਕੋਈ ਸੜਾ ਰਹਿ ਗਿਆ ਜਾਂ ਕਿਸੇ ਦੇ ਬੱਚਾ ਨਾ ਹੋ, ਜਾਣੀ 70% ਜੋੜੇ ਜਿਹੜੇ ਸਹੀ ਸਲਾਮਤ ਬੱਚਾ ਪੈਦਾ ਕਰਦੇ ਤੀ। ਪਰੰਤੂ ਹੁਣ ਪੰਜਾਬ ਦੇ ਵਿੱਚ ਜਿਸ ਦਿਨ ਤੋਂ ਨਸ਼ਿਆਂ ਦਾ ਦੌਰ ਆਇਆ, ਜ਼ਹਿਰੀਲੀਆਂ ਖਾਦਾਂ ਦਾ ਦੌਰ ਆਇਆ, ਜਿਹੜੀ ਸਾਡੀ ਬੱਚੇ ਪੈਦਾ ਕਰਨ ਦੀ ਪੰਜਾਬੀਆਂ ਦੀ ਸ਼ਕਤੀ ਹੈ ਉਹ ਘੱਟ ਕੇ 16-17% ਰਹਿ ਗਈ, ਜੋ ਕਿ ਪੰਜਾਬ ਵਾਸਤੇ ਬਹੁਤ ਹੀ ਖਤਰੇ ਦੀ ਘੰਟੀ ਹੈ। ਸਭ ਤੋਂ ਵੱਧ ਜਿਹੜੇ ਬੇਬੀ ਟਿਊਬ ਸੈਂਟਰ ਨੇ, ਬੱਚੇ ਪੈਦਾ ਜਿਹੜੇ ਟਿਊਬ ਰਾਹੀਂ ਕਰਦੇ ਨੇ, ਉਹ ਮਤਲਬ ਸਭ ਤੋਂ ਵੱਧ ਨੇ ਜਿਹੜੇ ਉਹ ਪੰਜਾਬ ਵਿੱਚ ਨੇ। ਪਰ ਅਸੀਂ ਪੰਜਾਬੀਆਂ ਨੂੰ ਅੱਜ ਤੋਂ ਕਰੀਬ 30-35 ਸਾਲ ਪਹਿਲਾਂ ਜਨਰਲ ਸਿੱਬਰ ਸੀ ਜਿਹੜੇ, ਉਹ ਪੰਜਾਬ ਦੇ ਗਵਰਨਰ ਹੁੰਦੇ ਸੀ, ਇਹ ਮੇਰਾ ਖਿਆਲ 85 ਪਤਾ ਨਹੀਂ ਇਹ ਉਸ ਸਮੇਂ ਦੀ ਗੱਲ ਅਸੀਂ ਛੋਟੇ ਤੀ, ਚਲੋ ਜਾਣੀ ਮੇਰੇ ਧਿਆਨ 'ਚ ਹੈ ਪੂਰੀ ਗੱਲ। ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਵੀ ਪੰਜਾਬ ਦੀਆਂ ਜਿਹੜੀਆਂ ਬੇਟੀਆਂ ਬਹੂਆਂ ਨੇ ਉਹ ਮਤਲਬ UP ਗੁਜਰਾਤ ਵਾਲਿਆਂ ਦੇ ਬੱਚੇ ਪੈਦਾ ਕਰਨਗੀਆਂ। ਉਹ ਸਾਡੇ ਲੋਕਾਂ ਨੇ ਉਹਨੂੰ ਲਾਈਟਲੀ ਲੈ ਲਿਆ ਵੀ ਇਹ ਤਾਂ ਜਿਵੇਂ ਸਾਡੇ ਆ ਜਾਂਦੇ ਨੇ ਉਹਦੇ ਕੰਮ ਕਰਦੇ ਨੇ ਵੀ ਇਹੋ ਜਿਹਾ ਕੋਈ ਨਜਾਇਜ਼ ਸੰਬੰਧ ਹੋ ਜਾਣਗੇ, ਪਰ ਉਹ ਇਹ ਨਹੀਂ ਸੀ, ਉਹਨਾਂ ਦੀ ਇੱਕ ਲਲਕਾਰ ਸੀ ਪੰਜਾਬੀਆਂ ਨੂੰ ਵੀ ਤੁਸੀਂ ਸੁਧਰ ਜਾਓ, ਆਹ ਖਾਦਾਂ ਜਿੰਨੀਆਂ ਸਪਰੇਹਾਂ ਦਵਾਈਆਂ ਅਸੀਂ ਜਿੰਨੀਆਂ ਪਾਉਂਦੇ ਹਾਂ ਉਹਦਾ ਜਿਹੜਾ ਸਾਰਾ ਅਸਰ ਹੈ, ਦੇਖੋ ਨਸ਼ਿਆਂ ਦਾ ਤਾਂ ਜਿਹੜਾ ਅਸਰ ਹੈਗਾ ਹੈਗਾ ਹੀ, ਬਾਕੀ ਜਿਹੜੀਆਂ ਖਾਦਾਂ ਸਪਰੇਹਾਂ ਦਵਾਈਆਂ ਅਸੀਂ ਮਤਲਬ ਪਾਉਂਦੇ ਹਾਂ ਆਪਣੀਆਂ ਫਸਲਾਂ ਦੇ ਵਿੱਚ, ਉਹਦਾ ਜਿਹੜਾ ਅਸਰ ਆ ਸਾਡੇ ਪੰਜਾਬੀਆਂ 'ਤੇ ਦਿਨ ਪ੍ਰਤੀ ਦਿਨ ਹੋ ਰਿਹਾ। ਆਪਾਂ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ, ਜਿਹੜੇ ਸਾਡੇ ਬਜ਼ੁਰਗ ਸੀ ਉਹ ਇਹ ਕਹਿੰਦੇ ਹੁੰਦੇ ਵੀ ਜਿਹੜਾ ਦੁੱਧ ਹੈ ਉਹ ਤੁਹਾਡੇ ਘਰ ਦਾ ਹੋਣਾ ਚਾਹੀਦਾ, ਦੁੱਧ ਪੁੱਤ ਦੀ ਜਿਹੜੀ ਮਰਿਆਦਾ ਪਹਿਲੇ ਦਿਨਾਂ ਤੋਂ ਚੱਲੀ ਆਉਂਦੀ ਹੈ। ਪਰ ਹੁਣ ਬੜੇ ਦੁੱਖ ਦੀ ਗੱਲ ਹੈ ਵੀ ਸਾਡੇ 10 ਕਿੱਲਿਆਂ ਵਾਲੇ ਜਿਹੜੇ ਜ਼ਿਮੀਂਦਾਰ ਨੇ, 10-10 ਕਿੱਲਿਆਂ ਵਾਲੇ, ਉਹਨਾਂ ਨੇ ਵੀ ਡੰਗਰ ਵੇਚਤੇ। ਉਹ ਕਹਿੰਦੇ ਨੇ ਵੀ ਸਾਨੂੰ ਦੁੱਧ 1000 ਰੁਪਏ ਮਿਲਦਾ ਹੈ, ਵੀ ਜੇ ਅਸੀਂ ਮੁੱਲ ਦਾ ਸਸਤਾ ਪੈਂਦਾ ਜੇ ਅਸੀਂ ਡੰਗਰ ਰੱਖਦੇ ਹਾਂ ਇੰਨਾ ਮਤਲਬ। ਪਰ ਉਹ ਇਹ ਨਹੀਂ ਸੋਚਦੇ ਵੀ ਜਿਹੜਾ ਅਸੀਂ ਇਹ ਦੁੱਧ ਪੀਂਦੇ ਹਾਂ, ਜਿਹੜਾ ਉਹਨਾਂ ਨੂੰ ਹਰਾ ਚਾਰਾ ਪੈਂਦਾ ਪਸ਼ੂਆਂ ਨੂੰ, ਉਹ ਬਹੁਤ ਹੀ ਮਨੁੱਖਤਾ ਦੇ ਵਾਸਤੇ ਘਾਤਕ ਹੈ। ਉਹ ਜਿਹੜੇ ਉਹ ਰਸਾਇਣਿਕ ਤੱਤ ਨੇ ਉਹ ਪਸ਼ੂ ਕੱਖ ਖਾਂਦੇ ਨੇ, ਕੱਖਾਂ ਦੁੱਧ ਆਉਂਦਾ, ਦੁੱਧ ਅਸੀਂ ਪੀਂਦੇ ਹਾਂ, ਉਸ ਕਾਰਨ ਜਿਹੜੀ ਔਰ ਉਹਦੇ ਕਾਰਨ ਅਤੇ ਨਸ਼ਿਆਂ ਕਾਰਨ ਜਿਹੜੀ ਬੱਚੇ ਪੈਦਾ ਕਰਨ ਦੀ ਸ਼ਕਤੀ ਹੈ ਪੰਜਾਬ ਦੀ ਘੱਟ ਚੁੱਕੀ ਹੈ। ਜੇ ਅਸੀਂ ਅੱਜ ਵੀ ਨਾ ਸੁਧਰੇ ਤਾਂ ਆਉਣ ਵਾਲਾ ਸਮਾਂ ਜਿੱਥੇ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ, ਉੱਥੇ ਪੰਜਾਬ ਦੀਆਂ ਕੁੱਖਾਂ ਵੀ ਬਹੁਤ ਛੇਤੀ ਬੰਜਰ ਹੋ ਜਾਣਗੀਆਂ। ਸਰ, ਜਿਵੇਂ CM ਪੰਜਾਬ ਨੇ ਇੱਕ ਹਦਾਇਤ ਕਰੀ ਤੀ ਅਫਸਰਾਂ ਨੂੰ ਜੀ,
ਵੀ 24 ਘੰਟਿਆਂ ਦੇ ਵਿੱਚ ਵਿੱਚ ਆਪਣੀਆਂ ਡਿਊਟੀਆਂ 'ਤੇ ਵਾਪਸ ਆਓ ਜੀ। ਉਹਦੇ ਨਾਲ ਕਈ ਮੰਤਰੀਆਂ ਨੇ ਵੀ ਐਕਸ਼ਨ ਲਿੱਤਾ ਜੀ, ਜਿਵੇਂ ਐਂਬੂਰੈਂਸ ਦੀ ਪੰਜਾਬ ਦੇ ਵਿੱਚ ਸਰਵਿਸ ਬੰਦ ਪਈ ਸੀ, ਅਤੇ ਇਹ ਫੈਸਲੇ ਦਾ ਪੂਰਾ ਪੰਜਾਬ ਦੇ ਖੁਸ਼ੀ ਦਾ ਮਾਹੌਲ ਪਾਇਆ ਗਿਆ। ਅੱਜ ਤੱਕ ਕਿਸੇ ਵੀ CM ਨੇ ਏਡਾ ਵੱਡਾ ਫੈਸਲਾ ਨਹੀਂ ਲਿੱਤਾ ਅਫਸਰਾਂ ਦੇ ਖਿਲਾਫ਼ ਜੀ, ਇਸ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਜੀ? ਦੇਖੋ, ਅਸੀਂ ਸਲੂਟ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੀ ਇਹਨਾਂ ਨੇ, ਕਿਉਂਕਿ ਜਿਹੜਾ ਰਾਜ ਭਾਗ ਹੈ ਉਹ IAS PCS IPS PPS ਇਹਨਾਂ ਅਫਸਰ ਸਾਹਿਬਾਨਾਂ ਦੇ ਹੇਠਾਂ ਚੱਲਦਾ। ਦੇਖੋ, ਇੱਕ RTA ਨੇ ਕਰਪਸ਼ਨ ਕੀਤੀ ਆ, ਉਹ ਕਰਪਸ਼ਨ ਦੇ ਵਿੱਚ ਮਤਲਬ ਵਿਜੀਲੈਂਸ ਉਹਦੀ ਇਨਕੁਆਇਰੀ ਕਰਕੇ ਉਹਦੇ ਪਰਚਾ ਦੇ ਰਹੀ ਹੈ। ਇਹਨਾਂ ਨੇ ਸਰਕਾਰ 'ਤੇ ਦਬਾਅ ਬਣਾ ਲਿਆ ਵੀ ਅਸੀਂ ਕਲਮ ਸੋੜ ਜਿਹੜੀ ਹੜਤਾਲ ਆ ਕਰ ਦਾਂਗੇ, ਵੀ ਨਹੀਂ ਛੇਤੀ ਤੋਂ ਛੇਤੀ ਉਹ ਵਾਪਸ ਲਓ। ਪਹਿਲਾਂ ਤਾਂ ਬਹੁਤ ਮੱਦਭਾਗੀ ਇਹ ਘਟਨਾ ਹੈ ਵੀ, ਕਿਉਂਕਿ ਇਹ ਬਹੁਤ ਇੱਕ ਰੁਤਬਾ ਹੈ PCS ਅਫਸਰ ਸਾਹਿਬਾਨਾਂ ਦਾ, ਸਾਡੇ ਬਹੁਤ ਸਤਿਕਾਰਯੋਗ ਨੇ ਵੀ ਜਿਹੜੇ ਉਹਦੇ ਨਾਲ ਖੜ੍ਹੇ। ਪਰ ਉਦੋਂ ਸਭ ਤੋਂ ਵੱਡੀ ਸਲੂਟ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਹੈ ਵੀ ਜਿਹੜਾ ਉਹਨਾਂ ਨੇ 24 ਘੰਟੇ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ 2 ਵਜੇ ਤੱਕ ਵੀ ਜਿਹੜਾ ਅਫਸਰ ਨਹੀਂ ਡਿਊਟੀ 'ਤੇ ਪਹੁੰਚੂਗਾ ਵੀ ਅਸੀਂ ਉਹਨੂੰ ਸਸਪੈਂਡ ਕਰਾਂਗੇ, ਅਤੇ ਦੁਬਾਰਾ ਫਿਰ ਉਹਨੂੰ ਨਵੇਂ ਵਾਲੀ ਮਤਲਬ ਉਹ 'ਚ ਸ਼ੁਰੂ ਕਰਾਂਗੇ, ਜਿਵੇਂ 15,000 ਰੁਪਇਆ ਦਿੰਦੇ ਨੇ 2 ਸਾਲ। ਉਹ ਇਹਨਾਂ ਨੇ ਆਪਦੇ ਸਾਈਨਾਂ 'ਤੇ ਦੇਖੋ ਲੈਟਰ ਜਾਰੀ ਕੀਤਾ ਭਗਵੰਤ ਮਾਨ ਜੀ ਨੇ। ਔਰ ਅਸੀਂ ਵੀ ਉਸ ਦਿਨ ਗਏ ਬੇਤੀ ਕੰਮਾਂ ਕਾਰਾਂ ਲਈ ਦਫ਼ਤਰਾਂ 'ਚ, ਅਸੀਂ ਦੇਖਿਆ 1:50-55 'ਤੇ ਟਹਿ 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 ਕਰਦੇ ਤਕਰੀਬਨ ਸਾਰੇ ਅਫਸਰ ਸਾਹਿਬਾਨ ਆਪਦੀਆਂ ਕੁਰਸੀਆਂ 'ਤੇ ਪਹੁੰਚ ਗਏ। ਇਹ ਡੰਡਾ ਜਾਂ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਚਲਾਇਆ ਸੀ ਜਾਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੇ ਚਲਾਇਆ। ਇਹ ਜਿਹੜੀ ਬਹੁਤ ਪ੍ਰਸ਼ੰਸਾ ਦੀ ਗੱਲ ਹੈ ਔਰ ਬਹੁਤ ਪੰਜਾਬ ਦੇ ਭਲੇ ਦੀ ਗੱਲ ਹੈ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਰੀ ਹੈ, ਅਸੀਂ ਇਹਨਾਂ ਦਾ ਦਿਲੋਂ ਸਲੂਟ ਕਰਦੇ ਹਾਂ ਅਤੇ ਬਹੁਤ ਬਹੁਤ ਇਹ ਗੱਲ ਦਾ ਧੰਨਵਾਦ ਕਰਦੇ ਹਾਂ। ਹੋਰ ਸਰ, ਆਮ ਜਨਤਾ ਨੂੰ ਕੋਈ ਅਪੀਲ ਕਰਨੀ ਚਾਹੋ ਜੀ? ਆਮ ਜਨਤਾ ਨੂੰ ਮੈਂ ਤਾਂ ਇਹੀ ਕਹਿਣਾ ਹੈ ਵੀ ਜਿਹੜੀ ਇਹ ਪੰਜਾਬ ਦੇ 'ਚ ਅੱਗ ਲੱਗੀ ਵੀ ਹੈ ਨਸ਼ਿਆਂ ਦੀ, ਇਹਦੇ ਇਹ ਨਾ ਸੋਚੋ ਵੀ ਕਿਸੇ ਦਾ ਕਰਦਾ। ਤੁਸੀਂ ਜੇ ਤੁਹਾਨੂੰ ਕਿਤੇ ਕੋਈ ਬੱਚਾ ਦੀਂਦਾ ਕਰਦਾ, ਉਹਦੇ ਮਾਪਿਆਂ ਨੂੰ ਜਦੇ ਦੱਸੋ ਆਪਦੇ ਬੱਚਿਆਂ। ਹੁਣ ਅੱਜ ਉਹ ਯੁੱਗ ਆ ਗਿਆ ਕਿ ਅਸੀਂ ਸਾਰੇ ਪਰਿਵਾਰ ਇਕੱਠੇ ਬਹਿੰਦੇ, ਇਕੱਠੇ ਖਾਂਦੇ, ਉੱਠਦੇ ਬੈਠਦੇ, ਪਰ ਹੁਣ ਆਪਦੇ ਆਪਦੇ ਕਮਰੇ ਨੇ। 10 ਸਾਲ ਦਾ ਬੱਚਾ ਹੁੰਦਾ, ਉਹਨੂੰ ਕਹਿੰਦੇ ਨੇ ਚੱਲ ਤੇਰਾ ਉਹ ਰੂਮ ਹੈ, ਇਹ ਨਾ ਕਰੋ। ਬੱਚਿਆਂ ਨੂੰ ਆਪਦਾ 2 ਘੰਟੇ ਰੋਜ਼ਾਨਾ ਦਿਓ, ਉਹਨਾਂ ਦੇ ਵਿੱਚ ਬੈਠੋ, ਜੋ ਚੰਗੀਆਂ ਗੱਲਾਂ ਨੇ ਉਹ ਦੱਸੋ, ਜੋ ਸਮਾਜ ਦੇ ਮਾੜੇ ਨੇ ਉਹ ਦੱਸੋ। ਜੇ ਕੋਈ ਕਿਸੇ ਦਾ ਵੀ ਬੱਚਾ ਆਪ ਜੀ ਨੂੰ ਪਤਾ ਲੱਗਦਾ ਵੀ ਉਹ ਨਸ਼ਾ ਕਰਦਾ ਜਾਂ ਕੋਈ ਹੋਰ ਕਰਦਾ, ਤੁਸੀਂ ਉਹਨਾਂ ਦੇ ਘਰੇ ਸੁਨੇਹਾ ਪਹੁੰਚਾਓ। ਉਹ ਤੁਹਾਨੂੰ ਬੇਸ਼ੱਕ ਮਾੜਾ ਕਹਿਣ, ਪਰ ਜਦੋਂ ਉਹਨਾਂ ਨੂੰ ਉਹਦਾ ਰਿਜ਼ਲਟ ਮਿਲਣਗੇ ਫਿਰ ਉਹ ਕਹਿਣਗੇ ਵੀ ਤੇਰਾ ਧੰਨਵਾਦ ਹੈ। ਮੈਂ ਤਾਂ ਸਮੂਹ ਪੰਜਾਬੀਆਂ ਨੂੰ ਕਹਿਣਾ ਹੈ, ਬਾਬਾ ਬੁੱਲੇ ਸ਼ਾਹ ਦਾ, ਬਾਬੇ ਨਾਨਕ ਦਾ ਸਾਡਾ ਵਰਸਾਇਆ ਵਾ, 5 ਦਰਿਆਵਾਂ ਦਾ ਪੰਜਾਬ ਹੈ ਸਾਡਾ। ਹਰ ਇੱਕ ਪੰਜਾਬੀ ਦਾ ਮਤਲਬ ਫਰਜ਼ ਬਣਦਾ ਵੀ ਅਸੀਂ ਹਰ ਪਲ ਪੰਜਾਬ ਦੀ ਤਰੱਕੀ ਲਈ, ਪੰਜਾਬ ਦੇ ਭਵਿੱਖ ਲਈ ਚਿੰਤਤ ਹੋਈਏ। ਇਹ ਨਸ਼ਿਆਂ ਦਾ ਜਿਹੜਾ ਕੋਹੜ ਹੈ, ਇਹ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਵੀ ਅਸੀਂ ਸਰਕਾਰ ਦਾ, ਪੰਜਾਬ ਪੁਲਿਸ ਦਾ ਸਾਥ ਦੇਈਏ ਤਾਂ ਜੋ ਇਹ ਜਿਹੜਾ ਕੋਹੜ ਹੈ ਛੇਤੀ ਤੋਂ ਛੇਤੀ ਪੰਜਾਬ ਮੁਕਤ ਹੋ ਜਾਵੇ। ਬਹੁਤ ਧੰਨਵਾਦ ਜੀ।